साढ़े दस का कर दें तो भाई तेरह भी फिर इतने ग्यारह का देना है तुम नौ भी ला दे बड़ा गुस्सा नहीं ग्यारह का देना है फिर साढ़े सौ तेरे लिए टाटा बाटा कर बस नौ कर पाँच पाँच सौ वाले ना गल कर बोल एक बारी बारह हजार का दे बस वन टू थ्री है एक ही है चलो हाथ से कर मैं अजे बड़ा थले ये तत्ता नहीं है मेरे हाथ नहीं तो सेम तत्ता तो नहीं कंडे लगता ना कंडे कोई जायज मुल आया कच्ची गल नहीं कहना मैं मुल सोलह हजार है ना देख के बंदे ले पिछले गेड़े बकरे मैं ता चौड़ा ला लिया लम्मा चौड़ा नहीं फर्क अच्छा ये बकरे दा मुल करवाना तो मैं 20000 मंगी जूं ओ तेरा ताना लाने दा ओ तेरा ताना है बच्चा देखना बेचना दस किन्ने दा 100 पाके दा सौदे नहीं बनने अब बीड़ी बजा ना 2 मिनट लो जी हां सौदा कर ओदे नाल सौदा कर चल इधर आ आया तेरा वीडियो देख दे इनू देख दे छोड़ दे दस किलो दी छोड़ दे छोड़ दे बीड़ी छोड़ दे हां दस बकरा लेना जवानी है नुकसान करा सके बोलो वो 100 200 कर दे ओ यार 100 200 वाली तो गल नहीं जीता कोई टाटा बाटा कर दे यार कोई हां ना तू दस 10000 का तन्नू लिखाई आपो अपनी है लिखाई आपो आपदी है बस फिर 10 फिर किन्ने दा आईया हां हां ना ठीक है मैं गल नहीं कीती ते साडे वाला नहीं ठीक नहीं ठीक क्यों हैं लगी ना मुल साढ़े दस का कर दें ओ भाई तेरह वाले भी फिर इतने ग्यारह का देना है तुम नौ भी ला दे बड़ा गुस्सा नहीं ग्यारह का देना है फिर किन्ने का फिर लास्ट हाँ ना साढ़े तेरह का होगा जी हाँ फल कोई गल देसी है जी देसी देसी चलो चलो देसी है तो पक्के कितने का देना है कहाँ चुप कर दिया इन बीमारी मारा था 11000 का था भी रहेगा भाई चुप कर दिया पक्के पक्के ही ला दे नहीं कट जे तू मान किया फिर तेरी मर्जी है कोई गल नहीं फिर खड़के गल खड़के गल किन्ने का बेचना है मैं तेन पहले ही 500 पता ला ही दिता ਤਾਂ ਇਹਦਾ ਤੁਹਾਨੂੰ ਮੈਂ 10.5 ਗਿਆ ਯਾਰ ਪੱਕਾ ਮੁੱਲ ਲਾ ਕੇ ਲੈ ਜਾ 10.5 ਫਿਰ ਪੱਕਾ 17000 ਵੀ ਮੰਗਦਾ ਮੈਂ ਨਹੀਂ ਜਾਇਜ਼ ਗੱਲ 11000 ਦਾ ਦੇਣਾ ਨਹੀਂ ਅਕਲ ਕਿੰਨੇ ਦਾ ਫਿਰ ਲਾਸਟ ਆ ਹਨਾ ਬਸ ਮੈਂ ਕਹਿਤਾ ਤੁਹਾਨੂੰ ਨਹੀਂ ਇੰਨੇ ਦਾ ਤਾਂ ਵਿਕਣਾ ਇੰਨੇ ਦਾ ਹੀ ਆ ਇੰਨੇ ਦਾ ਕਦੇ ਹੀ ਨਹੀਂ ਬਦਲਣਾ ਲਾਸਟ ਦਾਦਾ ਤੂੰ ਦੱਸ ਪੱਕਾ ਕੀ ਹੈ 150 ਤੇਰੇ ਲਈ ਆ ਟਾਟਾ ਬਾਟਾ ਕਰ ਬਸ ਜੈਸ ਨੂੰ ਕਰ 500 ਵਾਲੇ ਨਾਲ ਗੱਲ ਕਰੇ ਨਾ ਬਸ ਇੱਥੇ ਤੱਕ ਹੀ ਆਪਾਂ ਛੱਡਾਂਗੇ ਸਾਡੇ ਘਰਾਂ ਦਾ ਦਿਨ ਨਹੀਂ ਦੇਣਾ ਕਦ ਕਿੰਨੇ ਦਾ ਦੇਣਾ ਲਾਸਟ ਨਹੀਂ ਦੇਣਾ ਲਾਸਟ ਕਿੰਨੇ ਦਾ ਇੰਨੇ ਦੇ ਹਾਂ ਨਾ ਕੀ ਆ ਇੰਨੇ ਦੇ ਦੇ ਜੈਸ ਨੂੰ ਕੀ ਆ 16000 ਤੋਂ 5 ਘੱਟ ਦੇ 12000 ਨੂੰ ਦੇਣਾ 10 ਰੁਪਏ ਦਾ ਲਿਖਾ ਜਲ ਕੇ ਨਹੀਂ ਨਹੀਂ ਲਿਖਾਈ ਆਪੋ ਆਪਣੀ ਨਹੀਂ ਨਹੀਂ ਫੜਾ ਦੇ ਉਹ ਨਹੀਂ ਅੰਕਲ ਉਹ ਫੜਾ ਦੇ ਉਹ ਨਹੀਂ ਅੰਕਲ ਧੱਕੇ ਨਾਲ ਹੀ ਛੱਡ ਦੇ ਮੈਂ ਬਸ ਧੱਕੇ ਨਾਲ ਕੋਈ ਪਿਆਰ ਨਾਲ ਨਹੀਂ ਨਹੀਂ ਬਸ ਆ ਫੜੋ ਇਹ ਤਾਂ ਨਹੀਂ ਛੱਡ ਕੇ ਜਾਂਦਾ ਮੈਂ ਆਹੋ ਲੈ ਜਾਓ ਫਿਰ ਉਹਨੇ ਦਾ ਹੋ ਕਿੰਨੇ ਦਾ ਇੱਕ 5 ਘੱਟ ਨਹੀਂ ਕਿੰਨੇ ਤੋਂ ਉਹਨੇ ਬਸ ਉਹਨੂੰ ਕਹਿਤਾ ਇਹ ਨਹੀਂ ਜੇ ਤੂੰ ਮੈਨੂੰ ਨੇੜੇ ਲੱਗਦਾ ਮੈਂ ਵੀ ਕਤਾਲੀ ਬਿਆਲੀ ਦਾ ਲੈ ਲੈਂਦੇ ਅਸੀਂ ਵੀ ਜਾਣਦੇ ਸੀ ਕਿਹੜੇ ਬੱਕਰੇ ਦਾ ਸੀਗਾ ਸੁਭਾਏ ਦੇ ਕੋਲ ਲਾ ਲੈ ਲੋ ਫਿਰ ਹੁਣ ਕਿੱਡੀ ਗੱਲ ਆ ਕਿੰਨੇ ਦਾ ਲੈਣਾ ਬੋਲ ਦਿਲੋਂ ਬੋਲ ਜੋ ਪਸੰਦ ਹੈ ਉਹ ਆਪਣੇ ਵੇਚ ਦਿਆ ਬਸ ਗੱਲ ਆ ਹੈਗੀ ਓਏ ਆ ਬਿਨਾ ਬਸ ਸੋਨਾ ਹੈ ਉਸ ਨੂੰ ਦਮ ਲਗਾਤੇ ਮੁੱਲ ਮਗਾ ਕਿਹੜਾ ਪਹੁੰਚ ਦਾ ਪੈਣ ਦਾ ਦੇਣਾ ਦਮ ਕਈ ਕੰਮ ਲਗਾ ਜਾ ਤੂੰ ਜਿਹੜਾ ਪਸੰਦ ਦਾ ਹੁੰਦਾ ਇਹਨਾਂ ਦਾ ਕਿਸੇ ਹੋਰ ਨੂੰ ਦੇਣਾ ਹਾਂ ਡਾਕਟਰ ਲੈ ਗਿਆ ਬਾਈ ਡਾਕਟਰ ਲੈ ਗਿਆ ਡਾਕਟਰ ਕਿਹੜਾ ਕੋਈ ਬਗਾਨਾ ਹੈ ਉਹ ਵੀ ਆਪਣਾ ਹੀ ਆਉਂਦਾ ਆ ਵੱਡਾ ਲੈ ਜੋ ਬੋਗ ਬਾਕੀ ਜਿੱਥੇ ਮੈਂ ਤਾਂ ਇੱਕ ਗੱਲ ਜਾਣਦਾ ਹੁੰਦਾ ਤਸੀਮ ਜੀ ਜਿੱਥੇ ਜਿਹੜੇ ਜਾਨ ਬਰਦਾਨ ਜਾਲਾ ਉੱਥੇ ਹਾਂ ਯਾਰ ਬਾਈ ਜਿਸ ਕਿਨਸੀਬ ਮੇ ਹੋਗਾ ਬਸ ਜਿਸ ਕਿਨਸੀਬ ਮੇ ਹੋਗਾ ਇੱਕ ਯਾਰ ਹੱਥ ਨਹੀਂ ਮੋੜ ਸਕਦੇ ਡਾਕਟਰ ਕੁਛ ਗੱਲ ਨਹੀਂ ਮੋੜਿਆ ਜਾਂਦਾ ਯਾਰ ਹਾਂ ਜਾ ਕਿੱਡੀ ਗੱਲ ਫਿਰ ਯਾਰ ਨਹੀਂ ਨਹੀਂ ਰੋਏ ਮਾਲ ਹੀ ਖਰੀਦਦੇ ਆ ਦੋਸਤ ਹਾਂ ਤੇਰਾ ਮੇਰਾ ਵਾਅਦਾ ਰਿਹਾ ਚੰਗਾ ਬੱਕਰਾ ਲਿਆ ਦੂੰਗਾ ਗਾਂ ਨੂੰ ਖੜੇ ਮੇਰੇ ਨਿਗਾਹ 'ਚ ਹੋਰ ਦੱਸ ਹਾਂ ਜੇ ਤੂੰ ਉਹ ਬੱਚਾ ਪਾਲਾ ਇੱਕ ਜੇ ਤੂੰ ਰਸਤਾ ਤੈਨੂੰ ਬਾਜੀ ਦੇਣਾ ਯਾਰ ਹੋਰ ਦੱਸ ਦੂ ਇਹ ਕੱਟਰ ਕਾ ਕਿ ਤੂੰ ਜਾਵੜਾ ਨਾਲ ਜਾ ਸਿਮ ਮੈਂ ਨਹੀਂ ਜਾਂਦਾ ਜੀ ਨਾ ਇਹ ਦੇਖਦੇ ਜਾ ਕੋਲਦਾ ਮੈਨੂੰ ਕਹੂਗਾ ਮੈਂ ਕਰੂੰਗਾ ਉਹ ਕੋਲ ਤਾਂ ਵੇਖਿਆ ਜਾਗੇ ਦੇਖ ਕੇ ਹੁਣ 10 ਵਾਰੀ ਤਾਂ ਦੇਖ ਲਿਆ ਤੜਕੇ ਦਾ ਉਹ ਖੜਾ ਕਰ ਦਿਖਾ ਯਾਰ ਹਾਂ ਦੇਖ ਲਿਆ ਕਾਲਾ ਹੈਗਾ ਜੱਟ ਬਲੈਕ ਹੈ ਬੱਚਾ ਚੰਗਾ ਹੈ ਇੰਨਾ ਕਿੰਨਾ ਚੰਗਾ ਹੈਗਾ ਯਾਰ ਮੁੱਲ ਕਿਹੜਾ ਮੈਂ ਕਰਿਆ ਫਿਰ ਸਾਰੀ ਮੰਡੀ 'ਚ ਹੀ ਨਹੀਂ ਚੱਲ ਕਰ ਤੂੰ ਮੁੱਲ ਕਰ ਚੱਲ ਆ ਗਏ ਤੂੰ ਮੁੱਲ ਕਰ ਬੋਲੋ ਜੀ ਬੋਲੋ ਮੁੱਲ ਬੋਲੋ ਨਾ ਸੁਣ ਮੁੱਲ ਕਿੰਨਾ 20 ਦਾ 20 ਦਾ ਹੈਗਾ ਉਹ ਨਾ ਚੱਲ ਤੁਸੀਂ ਦੱਸੋ ਯਾਰ ਬੋਲ ਬਾਈ ਓਏ ਤੂੰ ਬੋਲ ਇੱਕ ਵਾਰੀ
12 हजार ਦਾ ਦੇ ਚਲੋ ਬੋਲ ਦੇ ਰੱਖਣਾ ਬਸ ਸਰ ਬੋਲ 1 2 3 ਹੈ ਇੱਕੋ ਹੀ ਹੈ ਚਲੋ ਇੱਕੋ ਫਿਰ ਕੱਚੀ ਗੱਲ ਨਹੀਂ ਕਰਨੀ ਬੋਲਦਾ ਵੀ ਚਲੋ ਹੈ 18 ਕ ਲੈ ਜਾ ਨਾ ਉਹ ਮੈਂ ਦੇ ਕੇ ਖੁਸ਼ ਹਾਂ ਮੈਂ ਲਿਆ ਉੱਚਾ ਲਿਆ ਮੈਂ ਲੈ ਬੜਾ ਲੈ ਜਾ ਦੇ ਕੇ ਖੁਸ਼ ਹਾਂ ਤਾਂ ਇੱਧਰ ਆ ਜਾ ਲਿਖਾਈ ਆਪੋ ਆਪਣੀ 12.5 ਦਾ ਚਲ ਨਹੀਂ ਜੀ ਨਹੀਂ ਚਲ ਤੂੰ ਜ਼ਿਆਦਾ ਕਰੀ ਜਾਂਦਾ ਵੀ ਲੈ ਜਾ ਹੁਣ ਤਾਂ ਕਹਿੰਦੇ ਤੂੰ ਭਾਅ ਨਾਲ ਦੇਵਾਂਗੇ ਉਹ ਮੈਂ ਇਹਨਾਂ ਨੂੰ 14000 ਸਾਰੇ ਲੈ ਜਾਂਦੇ ਫਿਰ ਚਲ ਕੋਈ ਨਹੀਂ ਕੁਝ ਬੋਲਿਆ ਲਖੇ ਨਹੀਂ ਮੈਂ 14 ਫਿਰ ਸਾਰੇ ਲੈ ਜਾਂਦੇ ਮੈਨੂੰ ਤੇਰੀ ਇਹਨੇ ਇੰਨਾ ਲੈਣਾ ਚਾਹੁੰਦਾ ਚਲ ਛੋੜ ਦੇ ਲੈ ਫਿਰ ਰਹਿਣ ਦੇ ਫਿਰ ਨਹੀਂ ਮੰਨ ਮੰਨ ਜਾ ਖਾਣ ਦੀ ਉਹ ਮੰਨ ਕੇ ਖਾਣ ਦੀ ਮੰਨਦਾ ਰਹਿੰਦਾ ਰੋਜ਼ ਮੈਂ ਹੁਣ ਤੱਕ ਤਾਂ ਕਹੀ ਜਾਂਦਾ ਲੈਂਦੇ ਨਹੀਂ ਹੁਣ ਜੇ ਲੈਣ ਲੱਗਾ ਜਮਾਂ ਥੱਲੇ ਤਾਂ 9000 18 ਦਾ ਪਾਈ ਜਾਂਦਾ ਮੈਂ 18 ਦਾ ਜਾਂ 13 ਦਾ ਪਾ ਆ ਜਾ ਉਹ ਨਹੀਂ ਗੁਰੂ ਸਾਰੇ ਘਰ ਲੈ ਕੁੰਡੀ ਆ ਮੇਰੇ ਕੋਲੇ ਬੜਾ ਬੋਲਿਆ ਤਾਂ ਵੀ ਚੰਗਾ ਯਾਰ ਐਡਾ ਮਾੜਾ ਤਾਂ ਨਹੀਂ ਜਮਾਂ ਫਿਰ ਤੂੰ ਉਹ ਚੰਗਾ ਸੀ ਮਾੜੇ ਆ ਨਹੀਂ ਮਾੜੇ ਦਾ ਫਿਰ ਅਸੀਂ ਹੋਗੇ ਨਾ ਟੱਕਣਾ ਜੋ ਜੀ ਪੈਸੇ ਨਹੀਂ ਕੋਈ ਧੱਕਾ ਨਹੀਂ ਨਹੀਂ ਖਾਣਾ ਮੰਨੀ ਦਿੰਦੀ ਨਹੀਂ ਤੂੰ ਮੰਨ ਜਾ ਹੁਣ ਨਾਲੇ ਤਾਂ ਖੜ ਤੋ ਤੇਰਾ ਕੋਈ ਪਰਮਤ ਕਰੋ ਨਹੀਂ ਕਰਦਾ ਜੀ ਚਰ ਕੋਈ ਨਹੀਂ ਫਿਰ ਨਹੀਂ ਹੋਣਾ ਫਿਰ ਇਹਨੇ ਦਾ ਨਹੀਂ ਹੋਣਾ ਫਿਰ ਕੋਈ ਗੱਲ ਕੋਈ ਬਾਤ ਨਹੀਂ ਕੋਈ ਗੁੱਸਾ ਨਹੀਂ ਨਾਲੇ ਤਾਂ ਜਾ ਕਦੋਂ ਦਾ ਸਰਮੋਦਾ ਕਾਂਟਾ ਹੋਗਾ ਖੜਾਈ ਖੜਾ ਮੈਂ ਕਿਹਾ ਕਿਤੇ ਵਾਵਾ ਲਾਉਂਗੇ ਤੁਸੀਂ ਵਾ ਵਾ ਲਾਉਂਗੇ ਪਤਾ ਨਹੀਂ ਵਾਵਾ ਕਿੰਨੇ ਗਲਾ ਦੇ ਮੈਂ ਕਿਹਾ ਕਿਤੇ ਵਾਵਾ ਲਾਉਂਗੇ ਚੀਜ਼ ਦਾ ਮੁੱਲ ਲਾਵਾਂਗੇ ਚੀਜ਼ ਦਾ ਮੁੱਲ ਹੀ ਲੱਗੂਗਾ ਬੱਚਾ ਚੰਗਾ ਯਾਰ ਆ ਬੱਚਾ ਹੀ ਚੰਗਾ ਅਸੀਂ ਮਾਰੇ ਆ ਚੱਲ ਲਿਆ ਫੜਾ ਸਰ ਜਾਈਏ ਲੈਣੇ ਪੈਸੇ ਕਿ ਨਹੀਂ ਲੈ ਜੀ ਚੌਦਾਂ ਲੱਗੀ ਜਾਂਦਾ ਤੂੰ ਕੀ ਕਹਦਾ ਤੈਨੂੰ ਲੱਗਦਾ ਹੋਊ ਥੋੜਾ ਮਾਨ ਕਰਿਆ ਸੀ 16 ਦਾ ਲੈ ਜਾ ਯਾਰ ਬਸ 13000 ਦਾ ਲਿਖਾਈ ਆਪੋ ਆਪਣੀ ਕਹਿੰਦਾ ਰੁਪਈਏ ਗਣਤੇ ਲਾ ਨਹੀਂ ਫਿਰ ਕੌਣ ਐ ਨਾ ਕਰਿਆ ਕਰ ਤੂੰ ਮੈਂ ਕੀ ਕਰਦਾ ਕਹਤਾ ਜਾਇਜ਼ ਕਰ ਮੈਨੂੰ ਪਤਾ ਜਾਇਜ਼ ਕਰਤਾ ਉਹ ਚੱਲ ਆ ਕਰਤਾ ਲਿਆ 15 ਦਾ ਹੀ ਆ ਮੇਰਾ ਉਹ ਨੇੜੇ ਕਾ ਦੇਖ ਲੈ 16 ਦਾ ਤੈਨੂੰ ਕਹਿਤਾ ਮੈਂ ਨਹੀਂ ਜਾਣ ਦੇ ਦੋ ਢੇਰੀਆਂ ਪਾ ਲੈ ਨਾ ਦੋ ਪਾ 10000 ਦਾ ਦੇ ਤੂੰ ਮੰਗ ਲੈ 50000 ਸਾਨੂੰ ਗੁੱਸਾ ਕੋਈ ਨਹੀਂ ਅਸੀਂ ਆਪਣਾ ਮੁੱਲ ਲਾਵਾਂਗੇ ਫੜ ਫਿਰ 10000 ਲਗਾ ਦੇ ਤੇ ਹੋਰ ਕਿੰਨੇ ਦਾ ਕਿੰਨੇ ਕੁ ਬਤਵਾ ਕੇ 10 ਤੂੰ ਸਾਹਮਣੇ ਇਧਰ ਉਧਰ ਮੂੰਹ ਕਰ ਹਾਂ ਬੋਲ ਕਿੰਨੇ ਦਾ ਹਿਸਾਬ ਕਿਤਾਬ ਨਾਲ ਗੱਲ ਕਰ 10 ਵੀ ਹਿਸਾਬ ਕਿਤਾਬ ਜਿਹੜਾ ਮੈਥੋਂ ਖਵਾਣਾ ਤੂੰ ਕਹਦੇ ਮੈਂ ਪੱਕਾ ਹੀ ਕਹਦਾ ਹਾਂ ਜਾਇਜ਼ ਗੱਲ ਇੱਕੋ ਹੀ 16000 ਨਾ ਜੀ 16 ਦਾ ਇੱਕ ਐਡਾ ਕਿਤਾ ਬਕਰਾ ਕਿੰਨਾ ਲਾਇਨ ਖਾਨ 10000 ਕਹਦਾ ਜੀ ਜਾਇਜ਼ ਨਹੀਂ ਅਸੀਂ ਲਿਆ ਮਾਲ ਜਾ ਕੇ ਦੇਖ ਲੈ 35-36 ਨਾਗ ਹੋਏ ਪਏ ਆ ਜਾ ਕੇ ਦੇਖ ਲੈ ਨਹੀਂ ਠੀਕ ਆ ਗੱਲ ਕੋਈ ਨਹੀਂ ਲਾ ਫੜ ਨਹੀਂ ਇੱਥੇ ਨਹੀਂ ਬਣ ਉਹ ਰਾਤਾ ਕਰ ਲੈ ਹੱਥਾਂ ਕਰਨ ਨੂੰ ਮੈਂ ਅਜੇ ਬੜਾ ਥੱਲੇ ਇਹ ਤੱਤਾ ਨਹੀਂ ਹੈ ਮਰੇ ਹੱਥ ਨਹੀਂ ਤਸੇਮ ਲੈ ਤੱਤਾ ਤਾਂ ਨਹੀਂ ਨਹੀਂ ਤੱਤਾ ਕੋਈ ਕੰਡੇ ਇਹਨੂੰ ਲੱਗਦਾ ਨਾ ਕੰਡੇ ਕੋਈ ਨਾ ਉਹ ਨਹੀਂ ਹੈ ਕੋ ਸੱਪ ਬੰਨਿਆ ਬਾਵੇ ਨਾਲ ਕਰੰਟ ਮਾਰਦਾ ਹੈ ਲੈ ਫੜ ਨਾ ਸੱਪ ਬੰਨਿਆ ਨਾ ਕਰੰਟ ਮਾਰਦਾ ਨਾ ਤੱਤਾ ਸੌਦਾ ਹੋਵੇ ਨਾ ਮੈਂ ਤੇਰੇ ਕੋਲੇ ਛੱਡ ਕੇ ਜਾਵਾਂ ਨਾ ਸਹੀ ਗੱਲ ਇਹ ਲੈ ਕੇ ਜਾਊਂਗਾ ਬੋਲ ਕਿੰਨੇ ਰੁਪਏ ਗਿਣਨੇ ਆ 14 ਸਾਢੇ 10 ਦਾ 11 ਦਾ ਕਿੰਨੇ ਦਾ ਪਾਉਣਾ ਹੈ ਬੱਤਨ ਦਾ ਕਿੰਨੇ ਦਾ ਪਾਉਣਾ ਹੈ 15 ਦਾ ਪਾਉਣਾ 15 14 ਨੂੰ ਛੱਡ ਪਾਉਣਾ ਕਿੰਨੇ ਦਾ ਮੈਨੂੰ ਉਹ ਦੱਸ ਮੈਂ ਬੱਤਨ ਮੈਂ ਤਾਂ ਹੁਣ ਦੱਸਦਾ ਉਰੇ ਫੜਾ ਮੈਨੂੰ ਲੈ ਫੜ ਮਨ ਕਰ ਲਓ ਜੀ ਮਨ ਕਰ ਕਿੰਨੇ ਦਾ ਕਰਦਾ ਖਾਨ ਜੀ ਆ ਦਿਓ 12000 ਰੁਪਏ ਦਿਓ ਜੀ ਨਹੀਂ 12 ਦਾ ਚੁੱਪ ਕਰਕੇ ਖੜ ਜਾ ਇੱਥੇ ਲਿਖਾਈ ਆਪੋ ਆਪਣੀ ਹੈ ਲਿਖਾਈ ਆਪੋ ਆਪਣੀ ਹੈ ਬੇਇੱਜ਼ਤਾ ਲਿਖਾਈ ਆਪੋ ਆਪਣੀ ਮੈਂ ਬੇਇੱਜ਼ਤਾ ਬਸ ਮੈਂ ਜਿੰਨੇ ਦਾ ਧਾਣਾ ਮੈਂ ਤੁਹਾਨੂੰ ਧੰਦਾ ਤਾਂ ਲਾਇਆ ਇਹਨੇ ਦਾ ਖਰੀਦਿਆ ਵੀ ਨਹੀਂ ਆਪਣਾ ਜਿਆਦੇ ਪੈਸੇ ਲਾ ਕੇ ਹਾਂ ਜੀ ਡਾਕਟਰੀ ਲਾ ਕੇ ਗਿਆ ਪੈਸੇ ਲੱਖ ਲਾ ਕੇ ਨਹੀਂ ਆ ਮੰਡੀ ਦਾ ਡਾਕਟਰ ਠੀਕ ਹੈ ਨਾ ਉਹ ਪੈਸੇ ਲਾ ਕੇ ਗਿਆ ਉਹਦੇ ਤਾਂ ਮਤਲਬ ਨਹੀਂ ਤਾਂ ਵੱਡੇ ਬੱਕਰੇ ਨਾ ਡਾਕਟਰ ਸਾਹਿਬ ਤਾਂ ਰਾਜੂ ਸੌਦਾ ਕਰਾਉਂਦਾ ਰਾਜੂ ਸੌਦਾ ਕਰਾਉਂਦਾ ਯਾਰ ਫਿਰ ਹੁਣ ਕੀ ਕਹਿਣਾ ਗੁਰੂ ਫੇ ਮੈਂ ਤਾਂ ਤੈਨੂੰ ਲਾਸਟ ਦੱਸਦਾ 100 ਵੱਧ ਲੱਗੇਗਾ ਜਾਇਜ਼ ਨਹੀਂ ਛੋੜ ਕੇ ਪਤਾ ਲੱਗ ਗਿਆ ਹਜ਼ਾਰਾਂ ਚ ਪਤਾ ਕਿੰਨੇ ਯਾਰ ਦੱਸ ਹੁਣ ਕੁਛ ਮੈਂ ਦੱਸਦਾ ਤੈਨੂੰ ਕਹਿ ਰੱਬ ਲੱਗ ਦੀ ਗੱਲ ਕਹਦੇ 15 15 14 ਨੂੰ ਛੱਡ ਜੇ ਤਾਂ ਵੇਚਣ ਦਾ ਕੋਈ ਹਿਸਾਬ ਨਾਲ ਦੱਸ ਦੇ ਚੱਲ ਫਿਰ ਰਹਿਣ ਦੇ ਕੋਈ ਚੱਲ 12.5 ਦਾ ਹੋ ਗਿਆ ਯਾਰ ਲਿਖਾਈ ਆਪੋ ਆਪਣੀ ਨਹੀਂ ਮੈਂ ਕਿਹਾ ਇਹ ਤੂੰ ਘਟਣੇ ਨਾ ਚੋਕੀ ਖਟੇਗਾ ਕੀ ਹੋ ਗਿਆ ਕੁਛ ਵੀ ਨਹੀਂ ਖਟਣਾ ਨਹੀਂ ਨਾ ਚੋਕੀ ਖਟੇਗਾ ਕੁਛ ਵੀ ਨਹੀਂ ਖਟਣਾ ਆਪਣੀ ਖਰੀਦ ਦਾ ਕਿਉਂ ਤੂੰ ਪਿੰਮ ਚਾਈ ਜਾਂਦਾ ਮੈਂ ਓਹੋ ਮੈਂ ਤਾਂ ਮਚਾਉਂਦਾ ਨਹੀਂ ਤੂੰ ਨਵੇੜ ਦੋ ਹਰਫਾਂ ਤੂੰ ਨਵੇੜ ਤੂੰ ਨਵੇੜਨੀ ਤੂੰ ਨਵੇੜਨੀ ਆ ਮੈਂ ਤਾਂ ਨਵੇੜ ਤੇ ਮੈਂ ਤਾਂ ਤੂੰ ਦੱਸ ਤੋ 12.5 ਕਹਿਤਾ ਦੱਸੋ ਮੈਂ 15 ਕਹਿਤਾ ਤੈਨੂੰ ਯਾਰ ਤੁਸੀਂ ਤਾਂ ਬੁੜੀਆਂ ਵਾਂਗੂ ਜੀ ਦੀ ਆ ਨਾ ਮੈਂ ਤਾਂ ਹਲਾ ਫੜ ਐਵੇਂ ਬੁੜੀਆਂ ਗੁਨਾ ਜਦਾ ਬਾਬਾ ਮੇੜਾ ਮਰਵਾਦਾ ਯਾਰ ਤੂੰ ਆਪੇ ਆਪ ਨੂੰ ਤੂੰ ਮੇੜਾ ਮਰਵਾ ਲਿਆ ਆਪੇ ਆਪ ਨੂੰ ਫੜ 13000 ਦਾ ਇੱਕ ਪੰਜ ਪੈਸੇ ਨਹੀਂ ਹੋਰ ਆਰਾਮ ਮਾਰ ਹੁਣ ਤਾਂ ਪੰਜ ਪੈਸੇ ਨਾ ਹੁਣ ਨਹੀਂ ਉਹ ਨਹੀਂ ਸਾਡੀ ਆਰਾਮ ਹੈ ਕਿਉਂ ਯਾਰ ਕਰੀ ਜਾਂਦਾ ਹੁਣ ਉਹ ਨਹੀਂ ਨਹੀਂ ਲੈ ਜਾ ਕੋਈ ਗੱਲ ਬਣੀ ਪਰ ਨਹੀਂ ਨਹੀਂ ਲੈ ਜਾ ਓਏ ਲਾ ਰੱਖ ਲਓ ਨਾ ਹੁਣ ਕੱਚੀ ਗੱਲ ਕਹੀ ਆ ਤੁਹਾਨੂੰ 13 ਕਰਤਾ ਸੀਗਾ ਤੇ ਹੋਰ ਦੱਸ ਦਊਗਾ ਫਿਰ ਤਾਂ